ਲਓ ਜੀ ਹੁਣ ਵੇਲਾ ਆ ਗਿਆ ਕੈਦੋ ਨੂੰ ਰਲ ਘੁੱਟਣ ਦਾ। ਚਾਕ ਦੇ ਮੇਣਿਆਂ ਦਾ ਰੌਲਾ ਵੱਧ ਗਿਆ। ਸਹੇਲੀਆਂ ਹੀਰ ਨੂੰ ਖਬਰ ਕਰ ਦਿੱਤੀ ਹੈ। ਕੈਦੋ ਪਰੇ ਵਿੱਚ ਸ਼ੋਰ ਮਚਾਇਆ ਹੈ। ਕੈਦੋ ਨੂੰ ਵਾਰਸ ਲੰਗਾ ਰਿੱਛ ਆਖਿਆ। ਰਿੱਛ ਬਹੁ ਹਿਰਸੀ ਹੁੰਦੇ ਹਨ, ਬੁੱਢੀਆਂ ਨੱਡੀਆਂ ਵੀ ਚੁੱਕ ਕੇ ਲੈ ਜਾਂਦੇ ਹਨ। ਆਤਣ ਹੁਣ ਇੱਕ ਨਵੇਂ ਰੂਪ ਜੁੜਿਆ ਹੈ। ਜ਼ੁਲਮ ਨੂੰ ਜ਼ੁਲਮ ਨਾਲ ਠੱਲਣ, ਅਪਰਾਧਣਾ ਦੇ ਰੂਪ। ਹੀਰ ਤੇ ਆਤਣ ਦੀ ਪਹਿਲੀ ਪਛਾਣ ਵਸੇਬੀ ਆਰੀ ਜ਼ਨਾਨੀਆਂ ਦਾ ਰੂਪ ਸੀ, ਚਰਖਾ ਕੱਤਣ ਵਾਲੀਆਂ ਦਾ। ਇਹ ਵਸੇਬ ਨਾਰੀ ਦੇ ਕੰਮ ਬਾਹਰੋਂ ਵਸਿਆ ਹੈ। ਫਿਰ ਅਸਾਂ ਉਹਨਾਂ ਦੀ ਖੇਡ ਤੱਕੀ, ਪਾਣੀ ਵਿੱਚ ਪਾਣੀ, ਕੁਦਰਤ ਨਾਲ ਇੱਕ ਮਿੱਕ। ਪਰ ਹੁਣ ਇਹਨਾਂ ਅਪਰਾਧਨਾ ਦਾ ਰੂਪ ਵਟਾ ਲਿਆ। ਕਾਲੀ ਦੀ ਫੌਜ ਕੋਈ ਲੜਨ ਮਰਨ ਲਈ ਤਿਆਰ। ਕੈਦੋ ਦੀਆਂ ਵੈਰਨਾ ਹੁਣ ਰਲ ਗਈਆਂ ਨੇ। ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿੱਚ ਸੁਣਾਇਆ ਹੀ। ਤੈਨੂੰ ਮੇਣਾ ਚਾਕ ਦਾ ਦੇ ਕਹਿ ਦੋ, ਉਸ ਪਰੇ ਵਿੱਚ ਸ਼ੋਰ ਮਚਾਇਆ ਹੀ। ਵਾਂਗ ਠੋਲ ਹਰਾਮ ਸ਼ੈਤਾਨ ਦੇ ਜਿਉਂ ਟਗਾ ਵਿੱਚ ਬਾਜ਼ਾਰ ਤੇ ਲਾਇਆ ਹੀ। ਇਹ ਗੱਲ ਜੇ ਜਾਇਜ਼ ਸੀ ਅੱਜ ਖਾਲੀ, ਹੀਰ ਕਿਉਂ ਨਾ ਉਹ ਸਦਾਇਆ ਈ। ਕਰ ਛੱਡਣੀ ਇਸ ਦੇ ਨਾਲ ਐਸੀ, ਸੁਣੇ ਤੇਜ਼ ਚ ਚੀਤੜਾ ਪਾਇਆ ਈ। ਵਾਰਸ ਸ਼ਾਹ ਅਪਰਾਧਣਾ ਰਹਿਣ ਜੁੜੀਆਂ, ਲੰਘੇ ਰਿੱਛ ਨੇ ਮਾਮਲਾ ਚ ਆਇਆ ਈ।